ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਦਿਵਿਆ ਅਨੇਜਾ ਲੈ ਕੇ ਹਾਜ਼ਰ ਹਾਂ ਜੀ ਪਿਓਰ ਰੂਟਸ ਪ੍ਰੈਜ਼ੈਂਟਸ ਗੁਗਲੀਆਂ ਔਨਲਾਈਨ ਅਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੈਂ ਇੱਕ ਬੇਹੱਦ ਖਾਸ ਟੋਪਿਕ ਲੈ ਕੇ ਆਈ ਹਾਂ ਟੋਪਿਕ ਹੈਗਾ ਹੈ ਜੀ ਕਿ ਜੇ ਤੁਸੀਂ ਆਪਣੇ ਓਪੋਜ਼ਿਟ ਜੈਂਡਰ ਵਿੱਚ ਹੁੰਦੇ ਮਤਲਬ ਜੇ ਤੁਸੀਂ ਮੁੰਡਾ ਹੋ ਅਤੇ ਜੇ ਤੁਸੀਂ ਕੁੜੀ ਹੁੰਦੇ ਤਾਂ ਤੁਸੀਂ ਕੀ ਕਰਦੇ ਸਭ ਤੋਂ ਪਹਿਲੀ ਚੀਜ਼ ਅਤੇ ਜੇ ਤੁਸੀਂ ਕੁੜੀ ਹੋ ਅਤੇ ਜੇ ਤੁਸੀਂ ਮੁੰਡਾ ਹੁੰਦੇ ਤਾਂ ਤੁਸੀਂ ਕੀ ਕਰਦੇ ਮਤਲਬ ਬੜਾ ਸਿੰਪਲ ਹੈਗਾ ਜੇ ਤੁਸੀਂ ਓਪੋਜ਼ਿਟ ਜੈਂਡਰ ਵਿੱਚ ਹੁੰਦੇ ਤਾਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਸੀਗਾ ਨੰਬਰ ਟੀਵੀ ਸਕਰੀਨ 'ਤੇ ਹੈਗਾ ਹੀ ਆ ਅਤੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਪਹਿਲੇ ਦੇਖਦੇ ਹਾਂ ਅੱਜ ਸਭ ਤੋਂ ਪਹਿਲੇ ਬਾਜ਼ੀ ਕਿਨੇ ਮਾਰੀ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕੌਣ ਬੋਲਦਾ ਜੀ ਕਿੱਥੋਂ ਗੱਲ ਕਰਦੇ ਹੋ ਮੈਂ ਨੈਨਸੀ ਬੋਲ ਰਹੀ ਹਾਂ ਰਾਜਪੁਰਾ ਤੋਂ ਨੈਨਸੀ ਰਾਜਪੁਰਾ ਤੋਂ ਨੈਨਸੀ ਆਪਣੀ ਪਹਿਲੀ ਵਾਰ ਗੱਲ ਹੋ ਰਹੀ ਹੈ ਕਿ ਪਹਿਲੇ ਵੀ ਹੋ ਚੁੱਕੀ ਆ ਨਹੀਂ ਮੈਮ ਫਸਟ ਟਾਈਮ ਹੋਈ ਹੈ ਫਸਟ ਟਾਈਮ ਤੇ ਅੱਜ ਫਸਟ ਟਾਈਮ ਸਭ ਤੋਂ ਪਹਿਲੇ ਸ਼ੋਅ 'ਚ ਫੋਨ ਲਾ ਲਿਆ ਕੀ ਬਾਤ ਹੈ ਹਾਂਜੀ ਨੈਨਸੀ ਕੀ ਕਰਦੇ ਹੋ ਤੁਸੀਂ ਮੈਮ ਮੈਂ ਸਟੱਡੀ ਕਰਦੀ ਹਾਂ ਜੀਐਨਐਮ ਨਰਸਿੰਗ ਨਰਸਿੰਗ ਕਰ ਰਹੇ ਹੋ ਹਾਂਜੀ ਟੀਕਾ ਟੂਕਾ ਮਤਲਬ ਲਾ ਲੈਨੇ ਹੋ ਤੁਸੀਂ ਹਾਂਜੀ ਹਾਂਜੀ ਲਾ ਲੈਂਦੇ ਆ ਯਾਰ ਮਤਲਬ ਐਡਾ ਜਿਗਰਾ ਕਿੱਦਾਂ ਆਂਦਾ ਹੈ ਯਾਰ ਟੀਕਾ ਲਵਾ ਲੈਂਦੇ ਹੋ ਆਪਣੇ ਲਵਾ ਲੈਂਦੇ ਹੋ ਹਾਂਜੀ ਆਪਣੇ ਵੀ ਲਗਵਾ ਲੈਂਦੇ ਆ ਯਾਰ ਬੜੀ ਨਿਡਰ ਟਾਈਪ ਦੀ ਕੁੜੀ ਹੈ ਹੈ ਹਾਂਜੀ ਚਲ ਵਧੀਆ ਮੈਂ ਸੁਣਾਓ ਮੈਮ ਕਿੱਦਾਂ ਹੋ ਬਹੁਤ 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 ਵਧੀਆ ਅੱਛਾ ਨੈਨਸੀ ਜੇ ਤੁਹਾਨੂੰ ਕਿਤੇ ਮੌਕਾ ਮਿਲੇ ਇੱਕ ਦਿਨ ਦੇ ਲਈ ਕਿਸੇ ਮੁੰਡੇ ਦੇ ਸਰੀਰ 'ਚ ਜਾਂ ਤੁਸੀਂ ਮੁੰਡਾ ਬਣਨ ਦਾ ਤਾਂ ਤੁਸੀਂ ਕੀ ਕਰਨਾ ਪਸੰਦ ਕਰੋਗੇ ਕੀ ਕਰਨਾ ਪਸੰਦ ਕਰੋਗੇ ਘੁੰਮਣਾ ਫਿਰਨਾ ਪਸੰਦ ਕਰਾਂਗੇ ਕਿਉਂ ਕੁੜੀ ਹੋ ਕੇ ਘੁੰਮਿਆ ਫਿਰਿਆ ਨਹੀਂ ਜਾਂਦਾ ਨਹੀਂ ਨਹੀਂ ਘੁੰਮਦੇ ਆ ਬਟ ਇੰਨਾ ਟਾਈਮ ਹੀ ਨਹੀਂ ਹੈਗਾ ਮੁੰਡਿਆਂ ਨੂੰ ਜ਼ਿਆਦਾ ਟਾਈਮ ਹੁੰਦਾ ਵਿਹਲੇ ਹੁੰਦੇ ਹੈ ਨਾ ਮੁੰਡਿਆਂ ਨੂੰ ਹਾਂਜੀ ਰਾਤ ਨੂੰ 11-11 ਵਜੇ ਤੱਕ ਘੁੰਮਦੇ ਨੇ ਯਾਰ ਇਹ ਤਾਂ ਹੈਗਾ ਵੈਸੇ ਕਹਿਣ ਦੀ ਗੱਲ ਹੈ ਕੁੜੀਆਂ ਦਾ ਵੀ ਜੀ ਕਰਦਾ ਆ ਨੇਰੇ ਹੋ ਕੇ ਘੁੰਮਣ ਦਾ ਬਟ ਆਪਾਂ ਸੇਫ ਮਹਿਸੂਸ ਨਹੀਂ ਕਰਦੇ ਇਸ ਕਰਕੇ ਨਹੀਂ ਜਾ ਪਾਉਂਦੇ ਹੈ ਨਾ ਹਾਂਜੀ ਮਾਹੌਲ ਨਹੀਂ ਹੈਗਾ ਐਬਸੋਲੂਟਲੀ ਟਰੂ ਯਾਰ ਕੁੜੀਆਂ ਦੀ ਫੀਲਿੰਗ ਬੜੇ ਘੱਟ ਲੋਕ ਸਮਝਦੇ ਨੇ ਬਟ ਕੁੜੀਆਂ ਬੋਲਦੀਆਂ ਨਹੀਂ ਮੈਂ ਤਾਂ ਕਹਿੰਦੀ ਹਾਂ ਹਰ ਇੱਕ ਬੋਲਦੀਆਂ ਨਹੀਂ ਸੋ ਕਈ ਬੋਲਦੀਆਂ ਵੀ ਨਹੀਂ ਮੈਮ ਹਾਂ ਨਾ ਅੱਛਾ ਜਿਹੜੀ ਬੋਲਦੀਆਂ ਨੇ ਨਾ ਨੈਨਸੀ ਉਹਨਾਂ ਦਾ ਫਿਰ ਕਰੈਕਟਰ ਖਰਾਬ ਹੋ ਜਾਂਦਾ ਹੈ ਹਾਂਜੀ ਹੈ ਨਾ ਵੀ ਇਹ ਕੁੜੀ ਚਾਲੂ ਹੈਗੀ ਆ ਆ ਕੁੜੀ ਦਾ ਕਰੈਕਟਰ ਠੀਕ ਨਹੀਂ ਹੈਗਾ ਹਾਂਜੀ ਮੇਰੇ ਨਾਨੀ ਜੀ ਆਏ ਹੋਏ ਆ ਤੁਸੀਂ ਉਹਨਾਂ ਨਾਲ 1 ਮਿੰਟ ਗੱਲ ਕਰੋਗੇ ਜੀ ਜ਼ਰੂਰ ਗੱਲ ਕਰਾਓ ਨਾਨੀ ਜੀ ਨਾਲ ਹਾਂਜੀ ਹਲੋ 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 ਸਤਿ ਸ਼੍ਰੀ ਅਕਾਲ ਨਾਨੀ ਜੀ ਹਾਂ ਸਤਿ ਸ਼੍ਰੀ ਅਕਾਲ ਬੇਟਾ ਹੋਰ ਠੀਕ ਆ ਮੈਂ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਹਾਂਜੀ ਬਹੁਤ ਵਧੀਆ ਬੇਟੀ ਨੇ ਆਪਰੇਸ਼ਨ ਕਰਾਇਆ ਮੈਂ ਇਸ ਲਈ ਆਈ ਗਈ ਆ ਓਹੋ ਕਿਸ ਚੀਜ਼ ਦਾ ਆਪਰੇਸ਼ਨ ਹੋਇਆ ਜੀ ਉਹ ਪੱਥਰੀਆਂ ਦਾ ਹੋਇਆ ਪੱਥਰੀਆਂ ਸੀਗੀਆਂ ਫੀਤੇ ਚ ਅੱਛਾ ਅੱਛਾ ਹੁਣ ਨਿਕਲ ਗਈਆਂ ਜੀ ਹਾਂਜੀ ਠੀਕ ਆ ਹੁਣ ਆਪਰੇਸ਼ਨ ਕਰਾਇਆ ਪਟਿਆਲਾ ਅੱਛਾ ਅੱਛਾ ਰੱਬ ਦੀ ਮਿਹਰ ਹੈ ਕੋਈ ਨਹੀਂ ਹੈ ਨਾ ਰੱਬ ਤੇ ਭਰੋਸਾ ਰੱਖੋ ਸਭ ਠੀਕ ਹੋਊਗਾ ਛੇਤੀ ਹੋਰ ਬਸ ਜੀ ਤੁਸੀਂ ਸੁਣਾਓ ਪ੍ਰੋਗਰਾਮ ਮੈਨੂੰ ਬੜਾ ਸੋਹਣਾ ਲੱਗਿਆ ਕੱਲ ਮੈਂ ਬੈਠੀ ਸੀਗੀ ਅੱਛਾ ਜੀ ਹਾਂਜੀ ਮੈਂ ਜੀਰਕਪੁਰ ਤੋਂ ਆਈ ਹੋਈ ਆ ਅੱਛਾ ਜੀ ਹਾਂ ਫਿਰ ਮੈਂ ਆਪ ਨੂੰ ਜੀਰਕਪੁਰ ਜਾ ਕੇ ਕਾਲ ਕਰਾਂਗੀ ਜੀ ਜ਼ਰੂਰ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਫੋਨ ਦਾ ਹਾਂਜੀ ਜ਼ਰੂਰ ਕਰਾਂਗੀ ਆਪ ਨੂੰ ਮੈਨੂੰ ਬੜਾ ਅੱਛਾ ਲੱਗਿਆ ਪ੍ਰੋਗਰਾਮ ਜੀ ਜੀ ਬਹੁਤ ਸਾਰਾ ਪਿਆਰ ਨਾਨੀ ਜੀ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਤੁਹਾਨੂੰ ਤੇ ਸਾਨੂੰ ਤੁਹਾਡੇ ਵਰਗੇ ਕਾਲਰਸ ਦਾ ਤੁਹਾਡੇ ਵਰਗੇ ਸਰੋਤਿਆਂ ਦਾ ਬੇਹੱਦ ਇੰਤਜ਼ਾਰ ਰਹਿੰਦਾ ਹੈ ਤੇ ਬਹੁਤ ਸਾਰਾ ਪਿਆਰ ਇੱਕ ਕਾਲਰ ਹੋ ਜੁੜ ਗਏ ਨੇ ਗੱਲ ਕਰਦੇ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਮਨਪ੍ਰੀਤ ਬੋਲਣਾ ਜੀ ਮਨਪ੍ਰੀਤ ਹਾਂਜੀ ਮਨਪ੍ਰੀਤ ਉਹ ਵਾਲੇ ਜਿਨ੍ਹਾਂ ਨਾਲ ਪਹਿਲੇ ਵੀ ਗੱਲ ਹੁੰਦੀ ਹੈ ਆਪਣੀ ਹਾਂਜੀ ਹਾਂਜੀ ਜੀ ਹੋਰ ਕੀ ਹਾਲ ਚਾਲ ਮਨਪ੍ਰੀਤ ਜੀ ਵਧੀਆ ਜੀ ਵਧੀਆ ਕੀ ਕਰਦੇ ਸੀਗੇ ਅੱਜ ਅੱਜ ਕੋਟ ਬੜੀ ਪਈ ਮੈਨੂੰ ਜੀ ਹਾਏ ਕਿਉਂ ਮਨਪ੍ਰੀਤ ਜੀ ਮੈਂ ਤਾਂ ਦੁੱਧ ਡੁੱਲ ਗਿਆ ਜੀ ਮੇਰੇ ਕੋਈ ਹੈ ਦੁੱਧ ਜੀ ਦੁੱਧ ਡੁੱਲ ਗਿਆ ਹਾਂਜੀ ਓਏ ਹੋਏ ਕੁੱਟਿਆ ਕਿਨੇ ਪਾਪਾ ਨੇ ਉਹ ਕੋਈ ਨਹੀਂ ਜੀ ਫਿਰ ਉਹਨਾਂ ਨੂੰ ਤਾਂ ਹੱਕ ਹੈ ਕੁੱਟਣ ਦਾ ਔਰ ਬਾਹਰਲਾ ਬੰਦਾ ਥੋੜੀ ਆ ਕੇ ਕੁੱਟੂਗਾ ਕੋਈ ਹੈ ਨਾ ਮੰਮੀ ਡੈਡੀ ਨੂੰ ਤਾਂ ਹੱਕ ਹੁੰਦਾ ਹੈ ਉਹਨਾਂ ਦੇ ਹਾਂ ਉਹਨਾਂ ਤੋਂ ਹੀ ਤਾਂ ਕੁੱਟ ਖਾਣੀ ਹੈ ਜੀ ਬਾਹਰਲਿਆਂ ਤੋਂ ਥੋੜੀ ਖਾਣੀ ਆਪਾਂ ਕੁੱਟ ਨਹੀਂ ਮੰਮਾ ਨੇ ਕੁੱਟਿਆ ਜੀ ਅਜੇ ਮੰਮਾ ਨੇ ਅਲੱਗ ਕੁੱਟਿਆ ਅੱਜ ਤਾਂ ਫਿਰ ਸਵਾਰ ਕੇ ਸੇਵਾ ਹੋਈ ਹੈ ਤੁਹਾਡੀ ਚਲੋ ਕੋਈ ਨੀ ਕੋਈ ਨੀ ਆ ਕੁੱਟਣਾ ਮੁੜ ਕੇ ਬਾਅਦ ਚ ਯਾਦ ਆਉਣੀ ਆ ਜਦ ਕੋਈ ਕੁੱਟਣ ਨੂੰ ਨੀ ਹੁੰਦਾ ਮੈਡਮ ਜੀ ਹਾਂਜੀ ਹਾਏ ਮਨਪ੍ਰੀਤ ਜੀ ਮੈਂ ਇਹੀ ਸੁਣਨਾ ਚਾਹੁੰਦੀ ਸੀ ਤੁਹਾਡੇ ਮੂੰਹੋਂ ਅੱਛਾ ਰਾਤੀ ਨੀਂਦ ਆਈ ਕਿ ਨਹੀਂ ਆਈ ਤੁਸੀਂ ਮੈਨੂੰ ਪਿਛਲੀ ਵਾਰ ਦੱਸਿਆ ਸੀ ਤੁਹਾਨੂੰ ਰਾਤੀ ਨੀਂਦ ਨਹੀਂ ਆਉਂਦੀ ਹਾਂ ਅੱਜ ਬੜੀ ਆਈ ਹਾਏ ਹਾਏ ਸੁਪਨੇ 'ਚ ਆਈ ਮੈਂ ਕਿ ਨਹੀਂ ਹਾਂ ਆਈ ਸੀ ਮੈਡਮ ਤੁਸੀਂ ਝੂਠ ਬੋਲਦੇ ਹੋ ਕਿਸੇ ਹੋਰ ਨੂੰ ਬੁਲਾ ਲਿਆ ਸੀ ਤੁਸੀਂ ਰਾਤੀ ਸੁਪਨੇ 'ਚ
ਮਨਪ੍ਰੀਤ ਜੀ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਤੁਹਾਨੂੰ, ਸੌ ਜਾ ਕਰੋ ਕਮਲਿਓ ਟਾਈਮ ਸਿਰ, ਨਹੀਂ ਹੁਣੇ ਮੰਮੀ ਡੈਡੀ ਤੋਂ ਕੁੱਟ ਪੈ ਰਹੀ ਹੈ, ਅੱਗੇ ਘਰ ਵਾਲੀ ਤੋਂ ਵੀ ਪੈਣੀ ਹੈ ਜਦ ਆਊਗੀ ਤਾਂ, ਠੀਕ ਆ। ਵੇਲਾ ਹੈਗਾ ਇੱਕ ਛੋਟੀ ਜਿਹੀ ਨਿੱਕੀ ਜਿਹੀ ਬ੍ਰੇਕ ਦਾ, ਕਿਤੇ ਵੀ ਨਾ ਜਾਇਓ, ਮੈਂ ਇੱਦਾਂ ਗਈ ਤੇ ਮੈਂ ਇੱਦਾਂ ਆਈ। ਵੈਲਕਮ ਬੈਕ ਆਫਟਰ ਦ ਸ਼ੋਰਟ ਬ੍ਰੇਕ, ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਿਓਰ ਰੂਟਸ ਪ੍ਰੈਜ਼ੈਂਟ ਗੁਗਲੀਆਂ ਔਨਲਾਈਨ। ਅਤੇ ਜਿੱਦਾਂ ਕਿ ਅੱਜ ਆਪਾਂ ਗੱਲਾਂ ਕਰ ਰਹੇ ਹਾਂ ਕਿ ਤੁਸੀਂ ਜੇ ਓਪੋਜ਼ਿਟ ਜੈਂਡਰ ਵਿੱਚ ਹੁੰਦੇ ਤਾਂ ਸਭ ਤੋਂ ਪਹਿਲਾਂ ਕੰਮ ਕੀ ਕਰਦੇ, ਸਾਡੇ ਨਾਲ ਜੁੜੋ। ਜੇ ਤੁਹਾਡੇ ਕੋਲ ਵੀ ਜਵਾਬ ਹੈਗਾ, ਨੰਬਰ ਟੀਵੀ ਸਕਰੀਨਸ 'ਤੇ ਹੈਗਾ, ਕਾਲਰ ਇੰਤਜ਼ਾਰ ਕਰ ਰਹੇ ਨੇ, ਦੇਖਦੇ ਹਾਂ ਕੌਣ ਜੁੜਿਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ ਜੀ, ਪਛਾਣਿਆ ਮੈਮ, ਕੌਣ ਬੋਲਦਾ ਜੀ? ਨਹੀਂ ਜੀ, ਦੱਸ ਦਿਓ ਨਾ ਜੀ ਕੌਣ ਬੋਲਦਾ। ਮੈਡਮ ਮੇਰੀ ਕੱਲ ਤਾਂ ਗੱਲ ਹੋਈ ਆ, ਤੁਸੀਂ ਭੁੱਲ ਵੀ ਗਏ? ਕੱਲ ਗੱਲ ਹੋਈ ਆ? ਹਾਂਜੀ। ਕਿੱਥੋਂ ਜੀ, ਜਗ੍ਹਾ ਦਾ ਨਾਮ ਦੱਸੋ ਫਿਰ ਮੈਡਮ। ਮੈਂ ਦੱਸਾਂ ਜੀ ਤੁਹਾਨੂੰ ਕਿੱਥੇ ਆਏ ਨਾ, ਕੌਣ ਬੋਲਦਾ ਜੀ? ਅੱਜ ਫਿਰ ਮੈਨੂੰ ਜਗ੍ਹਾ ਦਾ ਨਾਮ ਦੱਸੋ, ਮੈਂ ਨਾਮ ਤਾਂ ਨਹੀਂ ਪੁੱਛ ਰਹੀ, ਜਗ੍ਹਾ ਦਾ ਨਾਮ ਪੁੱਛ ਰਹੀ ਹਾਂ। ਮੈਡਮ ਮੈਂ ਤੁਹਾਨੂੰ ਦੱਸਦਾ ਜੀ, ਤੁਹਾਡੇ ਨਾਮ ਤੋਂ ਡਰ ਗਿਆ ਜੀ। ਮੇਰੇ ਨਾਮ ਤੋਂ ਡਰ ਗਏ? ਹਾਂਜੀ ਯਾਰ, ਇੱਕ ਤਾਂ ਤੁਸੀਂ ਬੁਝਾਰਤਾ ਹੀ ਇੰਨੀ ਪਾਉਂਦੇ ਹੋ, ਦੱਸ ਦਿਓ ਨਾ ਸਿੱਧੀ ਸਿੱਧੀ। ਮੈਡਮ ਮੈਂ ਦੀਪਕ ਬੋਲਦਾ ਜੀ, ਕਲੱਬ ਤੋਂ। ਓਏ ਹੋਏ, ਦੀਪਕ ਜੀ ਕੀ ਹਾਲ ਚਾਲ? ਮੈਡਮ ਬਸ ਵਧੀਆ ਜੀ, ਅੱਜ ਮੈਂ ਦੇਖ ਲਓ ਤੁਹਾਡੀ ਟੀਮ ਵਾਲੇ ਨੂੰ ਪਕੌੜਾ ਬਣਾਤਾ ਜੀ। ਹੈ, ਇਹਨਾਂ ਨਾਲ ਉਹਨਾਂ ਨੇ ਕਿਹਾ ਮੈਨੂੰ ਕਿ ਕੱਲ, ਉਹਨਾਂ ਨੇ ਮੈਨੂੰ ਕਿਹਾ ਕਿ ਕੱਲ ਤੇਰੀ ਪਹਿਲਾਂ ਕੋਲ ਹੋਈ ਹੈ, ਮੈਂ ਜੇ ਕਹਿਣਾ ਤਾਂ ਹਾਂ ਗੱਲ ਨਹੀਂ ਕਰਾਉਣੀ ਤੁਹਾਡੇ ਨਾਲ। ਹਾਂ, ਇਹਨਾਂ ਨਾਲ ਇਦਾਂ ਹੀ ਕਰਿਆ ਕਰੋ, ਇਦਾਂ ਹੀ ਸਵਾਦ ਆਉਂਦਾ। ਪਰ ਮੈਡਮ ਉਹਨਾਂ ਨੇ ਗੱਲ ਕਰਾਉਣੀ ਨਹੀਂ ਜੇ ਮੈਂ ਨਾ ਕਹਿੰਦਾ ਕਿ ਮੇਰੀ ਨਹੀਂ ਗੱਲ ਹੋਈ। ਹੈ, ਚਲੋ ਕੋਈ ਨਹੀਂ, ਆਪਣੇ ਟੈਕਨੀਕਾਂ ਹੀ ਬਹੁਤ ਹੈ। ਤੇਰੀ ਗੱਲ ਸੁਣੋ। ਹਾਂਜੀ ਮੈਡਮ, ਥੋੜਾ ਉੱਚੀ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਆਵਾਜ਼ ਆਉਂਦੀ ਜੀ ਮੇਰੀ? ਹਾਂਜੀ ਮੈਡਮ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਮੈਡਮ ਮੈਂ ਪਿਛਲੇ ਮਹੀਨੇ ਮਈ ਦੇ ਮਹੀਨੇ ਜੈਪੁਰ ਗਿਆ ਸੀ। ਅੱਛਾ, ਜੈਪੁਰ 'ਚ ਨਾ ਸਾਡੀ ਮੈਰਾਥਨ ਦੌੜ ਨਹੀਂ ਹੁੰਦੀ, ਮੈਰਾਥਨ ਰਨਿੰਗ ਹੁੰਦੀ ਆ। ਹਾਂ ਹਾਂ ਹਾਂ। ਤੇ ਰਨਿੰਗ 'ਚ ਨਾ ਮੈਡਮ ਮੈਂ 20 ਕਿਲੋਮੀਟਰ ਹਾਫ ਰਨ ਹਾਫ ਮੈਰਾਥਨ 'ਚ ਨਾ 20 ਕਿਲੋਮੀਟਰ 'ਚੋਂ ਫਸਟ ਆਇਆ ਜੀ ਮੈਮ। ਅਰੇ ਕੀ ਬਾਤ ਹੈ, ਸੱਚੀ? ਤੇ ਹਾਂਜੀ, ਤੇ ਮੈਡਮ ਮੈਨੂੰ ਨਾ ਚਾਂਦੀ ਦਾ ਤਾਂ ਉਹ ਮਿਲਿਆ ਜੀ, ਜਾਣੀ ਕਿ ਕੁਆਇਨ ਮਿਲਿਆ ਜੀ। ਕੀ ਬਾਤ ਹੈ, ਅੱਛਾ। ਤੇ ਮੈਡਮ ਮੈਂ ਉਦਾਂ ਵੀ ਰੋਜ਼ ਡੇਲੀ ਜਾਣੀ ਕਿ 5 ਵਜੇ ਉੱਠ ਕੇ ਰੋਜ਼ ਹੀ, ਇੰਨੀ ਸੌਖੀ ਨਹੀਂ ਮੈਡਮ ਲਾਉਣੀ 21 ਕਿਲੋਮੀਟਰ, ਮੈਂ ਰੋਜ਼ ਹੀ ਜਾਣੀ ਕਿ 5 ਵਜੇ ਉੱਠ ਕੇ ਮੈਡਮ ਰੋਜ਼ ਹੀ ਨੀਂਦ ਹਰਾਮ ਕਰਕੇ ਤੇ ਮੈਂ ਰੋਜ਼ ਹੀ 15 ਕਿਲੋਮੀਟਰ ਦੌੜਦਾ ਹੁੰਦਾ ਜੀ। ਇਹ ਤਾਂ ਬਹੁਤ ਚੰਗੀ ਗੱਲ ਹੈ, ਤੁਸੀਂ ਵਾਕਈ ਸਹੀ ਕਿਹਾ, ਸੌਖਾ ਨਹੀਂ ਹੁੰਦਾ ਮੈਰਾਥਨ 'ਚ ਦੌੜਨਾ। ਮੈਡਮ ਮੈਂ ਜਾਣੀ ਕਿ ਇੱਕ ਘੰਟੇ 15 ਕਿਲੋਮੀਟਰ ਕੰਪਲੀਟ ਕਰ ਲੈਂਦਾ ਹੁੰਦਾ ਜੀ। ਅੱਛਾ, ਤੁਸੀਂ ਮੈਨੂੰ ਕਿਤੇ ਇਹ ਤਾਂ ਨਹੀਂ ਦੱਸ ਰਹੇ ਵੀ ਤਾਂ ਕਿ ਮੈਂ ਮੋਟੀ ਹੋਈ ਜਾਂਦੀ ਹਾਂ, ਵੀ ਮੈਂ ਵੀ ਦੌੜ ਕੇ ਪਤਲੀ ਹੋ ਜਾਵਾਂ? ਵੈਸੇ ਮੋਟਾ ਨੀ ਬੰਦਾ, ਹੈਲਦੀ ਕਹਿ ਸਕਦਾ ਮੈਨੂੰ। ਠੀਕ ਹੈ ਜੀ ਮੈਡਮ, ਮੈਨੂੰ ਅੱਜ ਵੀ ਬਹੁਤ ਖੁਸ਼ੀ ਹੋ ਰਹੀ, ਪਰ ਮੈਨੂੰ ਕੱਲ ਜ਼ਿਆਦਾ ਆਈ ਕਿਉਂਕਿ ਨਹੀਂ ਤਾਂ ਗੱਲ ਹੋਈ ਮੇਰੀ। ਅੱਛਾ ਨਹੀਂ, ਪਰ ਮੈਨੂੰ ਅੱਜ ਜ਼ਿਆਦਾ ਖੁਸ਼ੀ ਹੋ ਰਹੀ ਕਿ ਤੁਸੀਂ ਦੁਬਾਰਾ ਫੋਨ ਲਾਇਆ ਗੱਲ ਕਰਨ ਦੇ ਲਈ। ਪਰ ਮੈਡਮ ਅੱਜ ਲੱਗਣਾ ਨਹੀਂ ਜੇ ਤੁਹਾਡੀ ਟੀਮ ਵਾਲੀ ਨੂੰ, ਮੈਂ ਇਹ ਨਾ ਕਹਿੰਦਾ ਕਿ ਟੀਮ ਵਾਲਿਆਂ ਨੂੰ ਇਹ ਨਾ ਕਹਿੰਦਾ ਕਿ ਮੇਰੀ ਗੱਲ ਨਹੀਂ ਹੋਈ, ਉਹਨਾਂ ਨੇ ਟੋਣਾ ਨਹੀਂ। ਕੋਈ ਚੱਕਰ ਨਹੀਂ ਬਾਬਾ ਜੀ, ਇਦਾਂ ਹੀ ਪਕੌੜਾ ਬਣਾਈ ਜਾਓ, ਮੇਰੀ ਟੀਮ ਨੂੰ ਨਾਲੇ ਤੁਸੀਂ ਆਈ ਜਾਓ। ਮੈਡਮ ਮੇਰੀ ਗੱਲ ਦਾ ਜਵਾਬ ਦਓਗੇ? ਹਾਂਜੀ ਹਾਂਜੀ ਦੱਸੋ। ਮੈਡਮ ਮੈਂ ਤੁਹਾਨੂੰ ਦੱਸਿਆ ਨਾ, ਸਾਡੀ ਵਾਰੀ ਜਿੱਦਾਂ ਸਕੂਲ 'ਚ ਪਨਿਸ਼ਮੈਂਟ ਇੱਦਾਂ ਦੀ ਮਿਲਦੀ ਹੁੰਦੀ ਸੀ। ਹਾਂ, ਤੇ ਤੁਹਾਡੀ ਵਾਰੀ ਜਿੱਦਾਂ ਤੁਸੀਂ ਸਕੂਲ ਲਾਈਫ 'ਚ ਪੜ੍ਹੇ ਹੋ, ਮੁੰਡਿਆਂ ਦੇ ਸਕੂਲ 'ਚ ਪੜ੍ਹੇ ਹੋਵੋਗੇ ਤੁਸੀਂ ਵੀ? ਹਾਂਜੀ ਹਾਂਜੀ ਹਾਂਜੀ, ਕੋਈ ਡੀ ਸੀਗਾ ਜੀ। ਤੇ ਤੁਹਾਡੀ ਵਾਰੀ ਨਹੀਂ ਇੱਦਾਂ ਦੀ ਪਨਿਸ਼ਮੈਂਟ ਕਦੀ ਦੇਖੀ ਤੁਸੀਂ? ਪਨਿਸ਼ਮੈਂਟ ਮੈਂ ਤਾਂ ਬੜੀ ਚਲਾਕ ਸੀਗੀ ਜੀ, ਮੇਰੀ ਇੱਕ ਨਾ ਮੈਥ ਵਾਲੀ ਮੈਡਮ ਸੀਗੀ, ਉਹ ਨਾ ਜਦ ਮੁੰਡਿਆਂ ਨੂੰ ਨੀ, ਕੁੜੀਆਂ ਨੂੰ ਵੀ ਜੁੰਡਿਆਂ ਤੋਂ ਫੜ ਫੜ ਕੇ ਭੰਨਦੀਆਂ ਸੀਗੀਆਂ ਜੀ ਮੈਡਮ। ਮੁੰਡਿਆਂ ਨੂੰ ਮੁਰਗੇ ਮਰਗੇ ਹੀ ਬਣਾਉਂਦੇ ਸੀ, ਨਹੀਂ ਤਾਂ ਕੂੜਾ ਚੁਕਾਉਂਦੇ ਸੀ ਜਾ ਕੇ। ਆਹ ਆਪਣਾ ਸਕੂਲ ਦਾ ਗਰਾਊਂਡ ਹੁੰਦਾ ਆ, ਕਹਿੰਦੇ ਉੱਥੇ ਜਾ ਕੇ ਸਾਫ਼ ਸਫਾਈ ਕਰੋ, ਤੁਸੀਂ ਪੜ੍ਹਨਾ ਤਾਂ ਹੈ ਨੀਗਾ। ਤੇ ਮੁਰਗੇ ਮੈਡਮ ਜਾਨੀ ਕਿ ਕਲਾਸ ਦੇ ਅੰਦਰ ਬਣਾਉਂਦੇ ਸੀ ਮੁੰਡਿਆਂ ਨੂੰ ਕਿ? ਆਹ ਡਿਪੈਂਡ ਕਰਦਾ ਜੀ ਗਲਤੀ ਕਿੰਨੀ ਵੱਡੀ ਹੈ, ਜੇ ਗਲਤੀ ਥੋੜ੍ਹੀ ਛੋਟੀ ਹੈ ਤਾਂ ਕਲਾਸ ਦੇ ਅੰਦਰ ਮੁਰਗਾ ਬਣਾਉਣਗੇ, ਜੇ ਵੱਡੀ ਹੈਗੀ ਤਾਂ ਕਲਾਸ ਤੋਂ ਜਮਾਂ ਹੀ ਬਾਹਰ ਕੱਢ ਕੇ ਮੁਰਗਾ ਬਣਾਉਣਗੇ। ਦੀਪਕ ਜੀ ਤੁਸੀਂ ਖਾਸਾ ਕੁਛ ਪੁੱਛ ਲਿਆ ਮੈਨੂੰ, ਮੈਨੂੰ ਪੁੱਛਣ ਨਹੀਂ ਦਿੱਤਾ ਪਰ ਤੁਸੀਂ ਕੁਛ ਵੀ, ਪਰ ਅੱਛਾ ਲੱਗਿਆ ਤੁਹਾਡਾ ਗੱਲ ਕਰਕੇ। ਫਿਰ ਦੁਬਾਰਾ ਇੱਕ ਕਾਲਰ ਹੋਰ ਜੁੜ ਗਏ ਨੇ, ਗੱਲ ਕਰਦੇ ਹਾਂ। ਹੈਲੋ ਹੈਲੋ ਮੈਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ, ਕਿੱਥੋਂ ਗੱਲ ਕਰਦੇ ਹੋ? ਰਮਨ ਬੋਲਦੀ ਮੈਮ, ਇੰਦੌਰ ਤੋਂ। ਰਮਨ, ਇੰਦੌਰ ਤੋਂ ਕੀ ਹਾਲ ਚਾਲ ਰਮਨ? ਮੈਮ ਵਧੀਆ, ਤੁਸੀਂ ਸੁਣਾਓ? ਮੈਂ ਵੀ ਵਧੀਆ। ਤੁਸੀਂ ਉਹੀ ਵਾਲੇ ਰਮਨ ਹੋ ਨਾ ਜਿਨ੍ਹਾਂ ਨਾਲ ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ?
प्रोग्राम खत्म होने तो बाद लाने नहीं नहीं मैम अच्छा और रमन की हाल चाल लाइफ की चलता है नया बस वधिया चली जाती बस लाइफ चली जाती इंदौर च वैसे गर्मी का की हाल है हाँ मैम गर्मी तो बहुत है उत्थे भी बहुत है हाँ जी और इत्थे भी बहुत है अच्छा रमन मेरा आज का टॉपिक है यार जे तुसी मुंडा हुंदे ते सब तो पहली चीज तुसी की करनी सी की करनी सी हाँ मतलब की कर दे जे तुहाडा जेंडर ऑपोजिट हुंदा ता की कर दे करना तो मैम कुछ नवा तो नहीं सीगा कुड़ी बन के भी सारा कुछ मिल गया वैसे तो अच्छा वेरी नाइस यार जे सारा कुछ मिल रहा है पर हर किसी नू नहीं मिलता जिदा पहले कॉलर जुड़े सी हाँ, कहते राती 11 बजे मैं बाहर जांदी क्योंकि मुंडिया नू भी 11 बजे जान दी परमिशन है हाँ मतलब नाइट आउट बाहर रहंदे हो सब ठीक है बट मैम ऐसे मैनू मतलब गर्ल्स में सब कुछ मिलता है क्योंकि मेरे घर आने ने कभी मतलब साडे ब्रदर या साडे से कभी कोई डिफरेंस किते ही नहीं पर बेबी उन्होंने मिलता है सामने में मिल रहा है तुसी बहुत लकी हो पता है क्योंकि तुहानू एक अच्छा फैमिली सपोर्ट मिल रहा है गया नहीं तो हर किसी नु फैमिली सपोर्ट नहीं मिलता मैं तो बड़ी सारी कुड़ियां इदा भी देखी है व्याह तो पहले वधिया नौकरियां कर दिया हुंदियां व्याह तो बाद उन्हां नु नौकरी छड़ के घरे बिठा देंदे हैं भी तू बच्चे सांभ या खाली घर सांभ झाड़ू पोचे ला रोटियां बना है ना दैट्स वेरी गुड रमन कि तुहाडे पेरेंट्स ने तुहाडे हसबैंड ने बहुत अच्छे तरीके नाल तुहानू रखिया आ हां जी हां जी है ना ते अज की स्नेहा देना सारेयां नु बस मैम एक गल कहनी सी मतलब ना मैं सिंगर जी का जेड़ा न्यू सॉन्ग आया ना फोटो ओ मैनू बहुत ज्यादा पसंद आया किना दे किना दे सिंगर जी दा अच्छा सिंगर जी दा ओके ओके मैम मैं उन्होंने बहुत लाइक करती हूँ मतलब वो मेरे क्रश आ हाय हाय जे कुड़ी किसी दिन तेनू टक्कर गए हो ते की होगा फिर पता नहीं मैम की होगा मतलब मैंने वो इन्ने पसंद है मैं उन्होंने हर सॉन्ग सुनती हूँ बहुत अच्छा लगे गल बात करके बाकी लोग जुड़ते रहो एक कॉलर हो जुड़ के गल कर दे हेलो हेलो सत श्री अकाल जी सत श्री अकाल कौन बोल रहे कितो गल कर दे हो शिमला से हाँ जी यार बड़ी अच्छी सी जगह से बात कर रहे हो कौन नाम क्या है जी आपका दीपांश हाँ जी दीपांश हमारी पहले भी बात हुई है हाँ मुझे लग ही रहा था और दीपांश शिमला में मौसम कैसा है पहले तो ये बताओ ठंडी ठंडी हवा चल रही है थोड़ी ठंडी हवा यहाँ पे भी भेज दो यार यहाँ पे तो लू चल रही गर्मी बुरा हाल मैम शिमला में आ जाओ हमारे घर पे हाय ऐदा ना बोलो मैं हूं ही आ जाना उड़ के थे गर्मी वैसे ही बहुत है ठीक है पक्का पहुंचांगी मैं भी हाँ जी ते दीपान साहब जिन्ने भी लोग थानू सुन रहे ने उन्होंने सारे लिए कोई मैसेज मम्मी पापा नू प्यार करना क्योंकि सारी जिंदगी मम्मी पापा थानू प्यार कर दे रहे इन रिटर्न तो कुछ भी नहीं मांगते सिर्फ प्यार ही मांगते ने गॉड ब्लेस यू दीपांश बहुत अच्छा मैसेज तुसी सारयां नू दिता एक बार फिर वेला है छोटी जी निक्की जी ब्रेक दा तुसी किते ना जायो फोन नंबर डायल कर दे रहो हो सकता है ब्रेक तो बाद पहली कॉल थोड़ी लग जाए ठीक है जी मैं ऐदा गई तो मैं ऐदा आई लो जी ब्रेक तो बाद फिर हाजिर आप प्योर रूट्स प्रेजेंट्स गुगलियां ऑनलाइन दे विच गल्लां हो रहियां ने जे तुसी ऑपोजिट जेंडर दे विच हुंदे ते जे थानू मौका मिलदा एक दिन दे लई ऑपोजिट जेंडर दे विच जान दा उहदी लाइफ जीन दा ते तुसी सब तो पहली चीज की करदे नंबर टीवी स्क्रीन ते हैगा ही आ उस नंबर नू तुसी डायल करदे रहो एक सुनेहा मैं थानू पढ़ के सुनाउणा चाहुंदी आ जी हैलो दिव्या मैम कैसे हो आप मैम मैं कल कॉल करी थी 14 मिनट तक मैं लाइन पे था जब मेरी बारी आई कॉल आपसे कनेक्ट होने की जगह किसी दूसरे कॉलर से कनेक्ट हो गई टॉपिक मैं पूछा था कि वैसे सचिन आ तब बड़ी माड़ी हुई थोड़े नाल
ਕਿ ਮੇਰੀ ਥਾਂ ਤੁਸੀਂ ਕਿਸੇ ਹੋਰ ਨਾਲ ਹੀ ਗੱਲ ਕਰ ਲਈ, ਪਰ ਚਲੋ ਕੋਈ ਨਹੀਂ, ਵੱਖਰਾ ਵੱਖਰਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਆ। ਕਈ ਵਾਰ ਨੈਟਵਰਕ ਇਸ਼ੂ ਕਰਕੇ ਕ੍ਰੋਸ ਕਨੈਕਸ਼ਨ ਵੀ ਹੋ ਜਾਂਦੇ ਆ, ਉਸ ਚੀਜ਼ ਦਾ ਧਿਆਨ ਰੱਖਿਆ ਕਰੋ, ਇਸ 'ਚ ਮੇਰੀ ਟੀਮ ਦੀ ਕੋਈ ਗਲਤੀ ਨਹੀਂ ਹੈਗੀ। ਅਤੇ ਅੱਗੇ ਇਹਨਾਂ ਨੇ ਲਿਖਿਆ ਜੀ, ਮੈਡਮ ਇੱਕ ਕੌਨ ਸਾ ਕਰੈਕਟਰ ਨਿਭਾਉਣਾ ਪਸੰਦ ਕਰੋਗੇ? ਤਾਂ ਮੈਂ ਇੱਕ ਲਵਰ ਬੋਏ ਕਾ ਕਰੈਕਟਰ ਨਿਭਾਉਣਾ ਪਸੰਦ ਕਰੂੰਗਾ। ਆਪਣੀ ਟੀਚਰ ਸੇ ਪਿਆਰ ਕਰੇਂ, ਓਏ ਹੋਏ, ਮੈਂ ਆਪ ਹਮੇਸ਼ਾ ਖੁਸ਼ ਰਹੋ ਮੈਮ, ਮੁਝੇ ਯਾਦ ਕਰਦੇ ਰਹੋ, ਸਚਿਨ ਫਰੋਮ ਨੋਇਡਾ। ਸਚਿਨ, ਆਪਾਂ ਆਲਵੇਜ਼ ਤੁਹਾਨੂੰ ਯਾਦ ਕਰਦੇ ਰਹਿੰਦੇ, ਪਰ ਬੜਾ ਖਤਰਨਾਕ ਰੋਲ ਨਿਭਾਉਣ ਦੀ ਤੁਸੀਂ ਇੱਛਾ ਰੱਖੀ ਆ। ਇੱਕ ਫੀਡਬੈਕ ਹੋਰ ਹੈਗਾ ਹੈ ਜੀ, ਆਈ ਟਰਾਈਡ ਟੂ ਕਾਲ ਯੋਰ ਨੰਬਰ, ਅਤੇ ਨੰਬਰ ਉਹਨਾਂ ਨੇ ਅੱਗੇ ਥੱਲੇ ਸਾਡਾ ਲੈਂਡਲਾਈਨ ਨੰਬਰ ਲਿਖਿਆ ਜੀ, 0114040209। ਹਾਂ ਬਾਬਾ ਜੀ, ਤੁਸੀਂ ਨੰਬਰ ਹੀ ਗਲਤ ਟਰਾਈ ਕਰ ਰਹੇ ਹੋ। ਅਤੇ ਅੱਗੇ ਲਿਖਿਆ ਇਹਨਾਂ ਨੇ ਕਿ ਕੰਪਿਊਟਰ ਕਹਿੰਦਾ ਆ ਕਿ ਇਹ ਨੰਬਰ ਇਨਕਰੈਕਟ ਹੈ। ਕੰਪਿਊਟਰ ਬਿਲਕੁਲ ਠੀਕ ਕਹਿੰਦਾ ਆ, ਇਹ ਨੰਬਰ ਇਨਕਰੈਕਟ ਹੈਗਾ ਆ, ਕਿਉਂਕਿ ਤੁਸੀਂ ਡਾਇਲ ਕਰਨਾ ਹੈ 0114040209। 209 ਨਹੀਂ ਜੀ, 299 ਜਾਂ ਫਿਰ 2098। ਨੰਬਰ ਠੀਕ ਡਾਇਲ ਕਰੋ, ਤਾਂ ਹੀ ਤਾਂ ਕੰਪਿਊਟਰ ਤੁਹਾਨੂੰ ਸਾਡੇ ਤੱਕ ਪਹੁੰਚਾਊਗਾ, ਨਹੀਂ ਤਾਂ ਉਹ ਇਹੀ ਕਹੂਗਾ ਕਿ ਨੰਬਰ ਗਲਤ ਹੈਗਾ ਆ। ਚਲੋ ਖੈਰ, ਆਪਣੀਆਂ ਗੱਲਾਂ ਹੁੰਦੀਆਂ ਰਹਿਣਗੀਆਂ, ਫਿਲਹਾਲ ਤੁਸੀਂ ਇੰਜੋਏ ਕਰੋ ਇਹ ਚੱਕਮਾ ਜਿਹਾ ਗੀਤ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਇੱਕ ਘੈਂਟ ਜਿਹਾ ਗਾਣਾ ਤਾਂ ਤੁਸੀਂ ਇੰਜੋਏ ਕਰ ਲਿਆ। ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੁਛ ਜੀ ਥੋੜ੍ਹਾ ਜਿਹਾ ਟੈਕਨੀਕਲ ਇਸ਼ੂ ਕਰਕੇ ਤੁਹਾਡੇ ਕਾਲ ਜਿਹੜੇ ਹੈਗੇ ਉਹ ਮੇਰੇ ਤੱਕ ਨਹੀਂ ਪਹੁੰਚ ਪਾ ਰਹੇ ਨੇ। ਉਸ ਚੀਜ਼ ਨੂੰ ਆਪਾਂ ਰੈਕਟੀਫਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਪਏ ਹਾਂ, ਪਰ ਤੁਸੀਂ ਟਰਾਈ ਕਰਦੇ ਰਹੋ, ਹੋ ਸਕਦਾ ਤੁਹਾਡਾ ਫੋਨ ਲੱਗ ਹੀ ਜਾਵੇ, ਹੈ ਨਾ, ਮੇਰੇ ਤੱਕ ਪਹੁੰਚ ਹੀ ਜਾਵੇ। ਅਤੇ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਜੀ ਕਿ ਜਿਨ੍ਹਾਂ ਜਿਨ੍ਹਾਂ ਦਾ ਫੋਨ ਨਹੀਂ ਲੱਗਦਾ ਆ, ਕਈ ਵਾਰ ਹੁੰਦਾ ਕਿ ਤੁਸੀਂ ਬਹੁਤ ਜ਼ਰੂਰੀ ਸੁਨੇਹਾ ਦੇਣਾ, ਬਹੁਤ ਜ਼ਰੂਰੀ ਗੱਲ ਕਰਨਾ ਚਾਹੁੰਦੇ ਹੋ, ਜਾਂ ਕਾਫੀ ਟਾਈਮ ਤੋਂ ਤੁਸੀਂ ਕਾਲ ਟਰਾਈ ਕਰ ਰਹੇ ਹੋ ਨਹੀਂ ਲੱਗ ਪਾ ਰਹੀ ਹੈ, ਅਤੇ ਤੁਸੀਂ ਕੀ ਕਰਨਾ, feedback2mhone@gmail.com ਇਹ ਮੇਰਾ ਈਮੇਲ ਐਡਰੈਸ ਹੈਗਾ। ਤੁਹਾਡੇ ਟੀ ਵੀ ਸਕਰੀਨਸ ਦੇ ਸਾਹਮਣੇ ਇਹ ਫਲੈਸ਼ ਹੁੰਦਾ ਪਿਆ ਆ, ਇਸ ਈਮੇਲ ਐਡਰੈਸ ਦੇ ਉੱਤੇ ਇੱਕ ਤਾਂ ਤੁਸੀਂ ਸੁਨੇਹਾ ਲਾ ਦਿਓ, ਠੀਕ ਹੈ। ਦੂਸਰੀ ਚੀਜ਼, ਆਪਣਾ ਨੰਬਰ ਲਿਖਣਾ ਨਾ ਭੁੱਲਿਓ, ਉਸ ਨੰਬਰ ਦੇ ਉੱਤੇ ਮੇਰੀ ਟੀਮ ਤੁਹਾਨੂੰ ਕਾਲ ਬੈਕ ਕਰੇਗੀ। ਅਤੇ ਜੇ ਕਾਲ ਬੈਕ ਕਰੇ ਤਾਂ ਪਲੀਜ਼ ਫੋਨ ਚੱਕ ਲਿਓ, ਇੱਦਾਂ ਨਾ ਕਰਿਓ ਕਿ ਕਾਲ ਕੱਟਦੇ ਰਹੋ। ਬੜੇ ਸਾਰੇ ਲੋਕ ਆਪਣਾ ਨੰਬਰ ਭੇਜ ਦਿੰਦੇ ਨੇ, ਮੁੜ ਕੇ ਕਾਲ ਸਾਡੀ ਵੀ ਨਹੀਂ ਚੱਕਦੇ ਤੁਸੀਂ, ਨਾਰਾਜ਼ਗੀ ਸਾਨੂੰ ਵੀ ਹੈਗੀ ਹੈ ਤੁਹਾਡੇ ਨਾਲ, ਪਰ ਕੋਈ ਨਹੀਂ ਜੀ, ਹਿੰਮਤ ਮਾਰੋ, ਕੁਛ ਤੁਸੀਂ ਟਰਾਈ ਕਰੋ, ਕੁਛ ਅਸੀਂ ਟਰਾਈ ਕਰਦੇ ਹਾਂ, ਇੱਕ ਨਾ ਇੱਕ ਦਿਨ ਤਾਂ ਗੱਲ ਜ਼ਰੂਰ ਹੋ ਕੇ ਹੀ ਰਹੂਗੀ। ਅਤੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ, ਕੁਛ ਟੈਕਨੀਕਲ ਇਸ਼ੂ ਕਰਕੇ ਤੁਹਾਡੀ ਕਾਲਸ ਮੇਰੇ ਤੱਕ ਨਹੀਂ ਪਹੁੰਚ ਪਾ ਰਹੀਆਂ ਨੇ, ਟਿਲ ਦ ਟਾਈਮ ਮੈਂ ਦੇਖਦੀ ਹਾਂ ਜੀ ਕਿੱਦਾਂ ਠੀਕ ਹੋ ਸਕਦਾ ਆ। ਤੁਸੀਂ ਇੱਕ ਗਾਣਾ ਹੋਰ ਇੰਜੋਏ ਕਰੋ। ਲਓ ਜੀ, ਗਾਣਾ ਤਾਂ ਤੁਸੀਂ ਇੰਜੋਏ ਕਰ ਲਿੱਤਾ, ਲੇਕਿਨ ਟੈਕਨੀਕਲ ਇਸ਼ੂ ਹਲੇ ਵੀ ਜਾਰੀ ਹੈਗਾ, ਜਿਹਦੇ ਕਰਕੇ ਤੁਹਾਡੀ ਕਾਲਸ ਮੇਰੇ ਤੱਕ ਕਨੈਕਟ ਨਹੀਂ ਹੋ ਪਾ ਰਹੀਆਂ ਨੇ। ਬਟ ਗਾਇਜ਼, ਸੋ ਫਿਰ ਇਸ ਪ੍ਰੋਗਰਾਮ ਦਾ ਮੋਟਿਵ ਹੈਗਾ, ਮਕਸਦ ਹੈਗਾ ਤੁਹਾਡੇ ਨਾਲ ਗੱਲਬਾਤ ਕਰਨਾ। ਗਾਣੇ ਤਾਂ ਆਪਾਂ MHone ਚੈਨਲ 'ਤੇ ਸੁਣ ਹੀ ਲੈਂਦੇ ਹਾਂ, ਅਤੇ ਫਿਲਹਾਲ ਵਿਹਲਾ ਹੈਗਾ ਤੁਹਾਡੇ ਸਾਰਿਆਂ ਤੋਂ ਵਿਦਾ ਲੈਣ ਦਾ, ਤੁਹਾਨੂੰ ਛੱਡ ਕੇ ਜਾਣ ਦਾ ਜੀ ਤਾਂ ਕਰ ਰਿਹਾ, ਕਾਫੀ ਸਾਰੇ ਕਾਲਰਸ ਦੀ ਮੈਂ ਕਾਲ ਹੋਰ ਲੈ ਪਾਉਂਦੀ, ਬਟ ਕੀ ਕਰੀਏ ਜੀ, ਰੱਬ ਦੇ ਅੱਗੇ ਕਿਹਦੀ ਚੱਲਦੀ ਹੈਗੀ ਆ। ਕੋਈ ਨਹੀਂ ਜੀ, ਮੈਂ ਤੁਹਾਨੂੰ ਯਾਦ ਕਰਾ ਦਵਾਂ, ਮੰਡੇ ਟੂ ਫਰਾਈਡੇ ਆਪਣਾ ਪ੍ਰੋਗਰਾਮ ਆਉਂਦਾ ਆ 4 to 5 PM। ਜੇ ਅੱਜ ਫੋਨ ਨਹੀਂ ਲੱਗਿਆ ਕੋਈ ਚੱਕਰ ਨਹੀਂ, ਮੰਡੇ ਲਾ ਕੇ ਦੇਖਿਓ, ਟਰਾਈ ਕਰਿਓ, ਨਹੀਂ ਲੱਗਦਾ ਮੈਨੂੰ ਸੁਨੇਹਾ ਭੇਜ ਦਿਓ ਜੀ, ਮੇਰੀ ਕਾਲ, ਮੇਰੀ ਟੀਮ ਤੁਹਾਨੂੰ ਆਪਣੇ ਆਪ ਕਾਲ ਬੈਕ ਕਰੂਗੀ। ਅਤੇ ਹੁਣ ਫਿਰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੀ ਅਗਲੇ ਹਫ਼ਤੇ, ਯਾਨੀ ਕਿ ਮੰਡੇ ਨੂੰ 4 to 5 PM। ਸਤਿ ਸ਼੍ਰੀ ਅਕਾਲ।